कटे हुए कनेक्शन बहाल करो। कैप्टन सरकार मुर्दाबाद। कुल हिंद खेत में। हाँ जी भैन जी, की नाम अपना? ज्योति रानी। अज जिहड़ा तुसी सरायनगा बिजली दफ्तर के सामने एक मजदूर जथेबंदियां दे धरना लाया गया है, वह कहदे संबंध च लाया? इस संबंध च लाया गया जी धरना कि जो भी गरीब लोगों के पट्टे गए मीटर ते बिजली दे ज्यादा बिल आने करके गरीब जनता बिल नहीं भर सकती, वह माफ किए जाने बिल। ते दूसरा ये जी कि जो भी भैन ने ये सरकारी प्राइवेट कंपनियां तो लोन चके हुए आ ते वो लोन लॉकडाउन तो बाद पैना नहीं भर सकदियां किस्तां हुण, क्योंकि उस तो बाद उन्हां दे काम कार रुक गए हन ते वो माफ किए जाण। सरकार दे प्रशासन तो की मांग करदे आ? असीं इही मांग करदे आ जी, लोन माफ किए जाण ते बिजली दे बिल भी माफ किए जाण जी। हाँ जी सर, की नाम अपना? ਕਿਹੜੀ ਸੰਸਥਾ ਦੇ ਨਾਲ ਸੰਬੰਧਿਤ ਹੋ? ਬਰੀਲਾ ਟੈਕਨੀਕਲ ਸਰਵਿਸ ਯੂਨੀਅਨ। ਅੱਜ ਤੁਸੀਂ ਕੋਲਿਆਂ ਦੇ ਖੇਤ ਮਜ਼ਦੂਰ ਯੂਨੀਅਨ ਦਾ ਸਮਰਥਨ ਦੇਣ ਆਏ ਹੋ, ਗਰੀਬ ਪਰਿਵਾਰਾਂ ਦੇ ਵਾਧੇ ਬਿੱਲਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਇਹ ਗੱਲ ਕਹਿੰਦੇ ਹਾਂ ਵੀ ਜਿਹੜੇ ਬਿੱਲਾਂ ਦੇ ਵਾਧੇ ਦੀ ਗੱਲ ਹੈ ਵੀ ਸਰਕਾਰ ਨੂੰ ਇਹ ਗੱਲ ਚਾਹੀਦੀ ਹੈ ਵੀ ਜਿਹੜੇ ਇਹ ਬਿਜਲੀ ਦੇ ਬਿੱਲ ਹੈ ਇਹਨਾਂ ਨੂੰ ਜਾਇਜ਼ ਠਹਿਰਾਇਆ ਜਾਵੇ, ਅਤੇ ਜਿਹੜਾ 2003 ਦਾ ਅਤੇ 20 ਦਾ ਐਕਟ ਹੈ, ਜਿਹੜੇ 2003 ਐਕਟ ਦੇ ਤਹਿਤ ਕਾਰਪੋਰੇਸ਼ਨ ਘਰਾਣਿਆਂ ਨੂੰ ਫਾਇਦਾ ਦੇਣ ਦੀ ਗੱਲ ਕੀਤੀ ਗਈ ਹੈ ਵੀ ਅਸੀਂ ਥੋਤੋਂ ਬਿਜਲੀ ਖਰੀਦੀਏ ਜਾਂ ਨਾ ਖਰੀਦੀਏ, ਉਹ ਜਿਹੜੇ 2400 ਕਰੋੜ ਰੁਪਇਆ ਜਾਂਦਾ ਹੈ, ਅਤੇ ਜੇ ਉਹ ਨਾ ਜਾਂਦਾ ਹੋਵੇ ਤਾਂ ਸਾਡੇ ਜਿਹੜੇ ਦਲਿਤ ਭਾਈਚਾਰੇ ਦੇ ਜਾਂ ਆਮ ਲੋਕਾਂ ਦੇ ਜਿਹੜੇ ਬਿੱਲ ਹੈ ਇਹ ਘੱਟ ਆ। ਦੇ ਕਾਰਨ ਇੱਕ ਤੁਹਾਨੂੰ ਮੰਗ ਪੱਤਰ ਦਿੱਤਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੀਰ ਜੀ, ਜੋ ਕੁੱਲ ਹਿੰਦ ਮਜ਼ਦੂਰ ਸਭਾ ਨੇ ਸਾਨੂੰ ਮੰਗ ਪੱਤਰ ਦਿੱਤਾ, ਜੋ ਸਾਡੇ ਲੋਕਲ ਪੱਧਰ 'ਤੇ ਕੰਮ ਕਰਨ ਵਾਲੇ ਆ ਉਹ ਇਹਨਾਂ ਦੇ ਅੱਜ ਹੀ ਹੁਣ ਤੁਰੰਤ ਕਰ ਦਿੱਤੇ ਜਾਣਗੇ, ਔਰ ਜੋ ਸਾਡੇ ਵੱਸ ਦਾ ਕੰਮ ਨਹੀਂ ਉਹ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੈਨੇਜਮੈਂਟ ਤੱਕ ਪਹੁੰਚਾ ਦੇਣਾ ਗਿਆ ਸੀ, ਨਾਲ ਦੀ ਨਾਲ ਪਹੁੰਚਾ ਦੇਣਗੇ ਅੱਜ। ਸਰ, ਇੱਕ ਲਾਈਨਮੈਨ ਕੋਈ ਬਰਾਤੀ ਨਾਮ ਹੈਗਾ, ਉਹਦੇ ਭੈਣਾਂ ਨੇ ਕੋਈ ਦੋਸ਼ ਵਗੈਰਾ ਲਾਉਂਦੇ ਆ, ਕਹਿੰਦੇ ਵੀ ਬਹੁਤ ਤੰਗ ਪਰੇਸ਼ਾਨ ਕਰਦਾ ਉਹਦੇ ਸੰਬੰਧ 'ਚ ਅਸੀਂ ਉਹਦੀ ਕਰਾਂਗੇ ਜੀ ਵੈਰੀਫਾਈ ਕਰਾਂਗੇ ਵੀ ਵਾਕਿਆ 'ਚ ਬੰਦਾ ਕਿਤੇ ਗਲਤ ਹੈਗਾ ਸਾਡਾ, ਤਾਂ ਉਹਦੇ 'ਤੇ ਬਣਦੀ ਕਾਰਵਾਈ ਕਰਾਂਗੇ ਜੀ। ਕੀ ਨਾਮ ਆਪਣਾ? ਮੇਰਾ ਨਾਮ ਜਸਵਿੰਦਰ ਸਿੰਘ ਬੱਟੂ, ਕੁੱਲ ਹਿੰਦ ਖੇਤ। ਕਿਹੜੀ ਸੰਸਥਾ ਦੇ ਨਾਲ ਸੰਬੰਧਿਤ ਹੋ? ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਪ੍ਰਧਾਨ। ਅੱਜ ਜਿਹੜਾ ਸਰਾਏਨਾਗਾ ਬਿਜਲੀ ਬੋਰਡ ਦੇ ਸਾਹਮਣੇ ਤੁਸੀਂ ਧਰਨਾ ਲਾਇਆ, ਕਾਹਦੇ ਸੰਬੰਧ 'ਚ ਲਾਇਆ? ਇਹ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲਾਇਆ ਜੀ। ਇਹ ਜਿਹੜੇ ਬਿਜਲੀ ਦੇ ਬਿੱਲ ਸਾਡੇ ਮਜ਼ਦੂਰਾਂ ਦੇ ਬੇਫਾਲਤੂ ਆ ਰਹੇ ਆ ਬਹੁਤ ਜ਼ਿਆਦਾ, ਜੇ ਕਿਸੇ ਦਾ ਇੱਕ ਇੱਕ ਬਲਬ ਹੈ ਜਾਂ ਦੋ ਦੋ ਬਲਬ ਹੈ ਉਹਨਾਂ ਨੂੰ 40-40, 50-50 ਹਜ਼ਾਰ ਰੁਪਇਆ ਬਿੱਲ ਆ ਰਿਹਾ। ਇੱਕ ਸਾਡੀ ਦੂਜੀ ਮੰਗ ਹੈ ਵੀ ਜਿਹੜੇ ਮਜ਼ਦੂਰਾਂ ਦੇ ਕੱਟੇ ਹੋਏ ਕਨੈਕਸ਼ਨ ਜਾਂ ਜਿਨ੍ਹਾਂ ਦੇ ਮਜ਼ਦੂਰਾਂ ਦੇ ਮੀਟਰ ਸੜੇ ਹੋਏ ਆ ਉਹ ਫੌਰੀ ਤੌਰ 'ਤੇ ਉਹਨਾਂ ਦੇ ਕਨੈਕਸ਼ਨ ਜੋੜੇ ਜਾਣ ਅਤੇ ਉਹਨਾਂ ਦੇ ਮੀਟਰ ਲਾਏ ਜਾਣ।